हेलो जी, सत श्री अकाल सारिआं नूं। तुहाडा साडे देसी चैनल ते स्वागत है। अज आपां बना रहे हैं जी स्पैशल डिश, खास करके शूगर दे पेशेंट उन्हां वास्ते। ते आपां इहदे विच लैणा है अद्धा किलो आपां लैया जी छोले। इहनां नूं आपां चंगी तरह छिड़के ला के बरीक पीस लिया सी। पाइया लै लिया आपां इहदे विच आटा। ते अद्धा किलो आपां लई है शक्कर। तुसीं इहदे विच गुड़ पा सकदे, ਇਹਦੇ ਵਿੱਚ ਤੁਸੀਂ ਖੰਡ ਵੀ ਪਾ ਸਕਦੇ, ਪਰ ਆਪਾਂ ਗਰਮੀ ਹੈ ਆਪਾਂ ਸ਼ੱਕਰ ਲਈ ਹੈ। ਇੱਕ ਖਾਸ ਕਰਕੇ ਆਪਾਂ ਉਹਨਾਂ ਵਾਸਤੇ ਦੱਸ ਰਹੇ ਹਾਂ ਕਿ ਸ਼ੂਗਰ ਦੇ ਪੇਸ਼ੈਂਟ ਜਿਹੜੇ। ਅਤੇ ਆਪਾਂ 100 ਗ੍ਰਾਮ ਲਏ ਆ ਇਹਦੇ ਵਿੱਚ ਫੁੱਲ ਮਖਾਣੇ, ਤੁਸੀਂ ਵੱਧ ਵੀ ਲੈ ਸਕਦੇ। ਅਤੇ ਆਪਾਂ ਘਿਓ ਲਿਆ ਆਟੇ ਨੂੰ ਭੁੰਨਣ ਵਾਸਤੇ। ਅਤੇ ਹੁਣ ਆਪਾਂ ਇਸ ਤੋਂ ਪਹਿਲਾਂ ਇਹਦੇ ਵਿੱਚ ਆਪਾਂ 1 ਗਲਾਸ ਪਾਣੀ ਪਾ ਲਿਆ, ਅਤੇ ਵਿੱਚ ਆਪਾਂ ਜਿਹੜੀ 1/2 ਕਿਲੋ ਸ਼ੱਕਰ ਲਈ ਸੀ ਉਹ ਪਾ ਲਈ ਹੈ। ਇਹਨੂੰ ਆਪਾਂ ਬਸ 5-7 ਮਿੰਟ ਵਾਸਤੇ ਉਬਾਲਣਾ ਹੈ, ਜ਼ਿਆਦਾ ਟਾਈਮ ਵਾਸਤੇ ਨਹੀਂ ਇਹਨੂੰ ਉਬਾਲਣਾ, ਕਿਉਂਕਿ ਜੇ ਆਪਾਂ 1 ਤਾਰ ਦੀ ਵੀ ਚਾਸ਼ਨੀ ਬਣਾਉਂਦੇ ਹਾਂ ਤਾਂ ਆਪਣੀ ਉਹ ਚਾਸ਼ਨੀ ਜ਼ਿਆਦਾ ਉਹ ਟਾਈਟ ਹੋ ਜਾਣਗੀ ਜਿਹੜੀ ਆਪਾਂ ਲੱਡੂ ਬਣਾਉਣੇ ਆ। ਅਤੇ ਇਹਨੂੰ ਸਿਰਫ 5-7 ਮਿੰਟ ਵਾਸਤੇ ਹੀ ਉਬਾਲਣਾ ਜੀ। ਹੁਣ ਆਪਣੀ ਚਾਸ਼ਨੀ ਤਿਆਰ ਹੋ ਗਈ ਹੈ। ਇਹ ਆਪਾਂ 1 ਤਾਰ ਦੀ ਨਹੀਂ ਸੀ ਬਣਾਉਣੀ, ਇਸ ਕਰਕੇ ਹੁਣ ਆਪਣੀ ਚਾਸ਼ਨੀ ਤਿਆਰ ਆ। 1 ਤਾਰ ਦੀ ਨਹੀਂ ਬਣਾਉਣੀ। ਹੁਣ ਇਹਨੂੰ ਲਾ ਕੇ ਆਪਾਂ ਇੱਕ ਸਾਈਡ 'ਤੇ ਰੱਖ ਦਿਆਂਗੇ ਠੰਡੀ ਹੋਣ ਵਾਸਤੇ। ਆਪਾਂ ਇਹਦੇ ਉੱਪਰ ਰੱਖਾਂਗੇ ਕੜਾਹੀ। ਜਿਹੜੇ ਆਪਾਂ ਫੁੱਲ ਮਖਾਣੇ ਲਏ ਸੀ ਉਹਨਾਂ ਨੂੰ ਆਪਾਂ ਰੋਸਟ ਕਰ ਲਵਾਂਗੇ। ਚਾਹੋ ਤਾਂ ਘਿਓ ਵਿੱਚ ਵੀ ਕਰ ਸਕਦੇ ਹਾਂ, ਪਰ ਆਪਾਂ ਇਹਨੂੰ ਐਵੇਂ ਹੀ ਕਰਾਂਗੇ ਕਿਉਂਕਿ ਘਿਓ ਜ਼ਿਆਦਾ ਆਪਾਂ ਆਟਾ ਵੀ ਭੁੰਨਣਾ ਘਿਓ ਵਿੱਚ ਅਤੇ ਫਿਰ ਜ਼ਿਆਦਾ ਹੋ ਜਾਏਗਾ। ਇਹਨੂੰ ਆਪਾਂ ਰੋਸਟ ਕਰ ਲੈਣਾ। ਹਾਂਜੀ, ਆਪਣੇ ਫੁੱਲ ਮਖਾਣੇ ਰੋਸਟ ਹੋ ਚੁੱਕੇ ਆ। ਅਤੇ ਆਪਾਂ ਇਹਨਾਂ ਨੂੰ ਐਵੇਂ ਕਰਕੇ ਤੋੜ ਕੇ ਦੇਖ ਲਵਾਂਗੇ। ਜੇ ਐਵੇਂ ਕਰਕੇ ਟੁੱਟ ਜਾਣ ਤਾਂ ਫਿਰ ਵਧੀਆ ਰੋਸਟ ਹੋ ਗਿਆ, ਅਤੇ ਆਪਾਂ ਇਹਨਾਂ ਨੂੰ ਕੱਚੇ ਨਹੀਂ ਪਾਉਣਾ। ਹੁਣ ਆਪਾਂ ਇਹਨਾਂ ਨੂੰ ਪੀਸ ਲਵਾਂਗੇ। ਹੁਣ ਆਪਾਂ ਕੜਾਹੀ ਉੱਪਰ ਰੱਖ ਲੈਣੀ ਹੈ। ਇਹਦੇ ਵਿੱਚ ਪਾਵਾਂਗੇ ਆਪਾਂ ਘਿਓ ਆਟੇ ਦੇ ਹਿਸਾਬ ਨਾਲ। ਘਿਓ ਆਪਾਂ ਦੇਸੀ ਪਾਉਣਾ। ਆਪਣਾ ਗਰਮ ਹੋ ਗਿਆ, ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਟਾ। ਹਾਂਜੀ, ਆਟਾ ਆਪਣਾ ਹੁਣ ਭੁੱਜ ਗਿਆ। ਇਹਨੂੰ ਵਧੀਆ ਭੁੰਨ ਲੈਣਾ, ਜਦੋਂ ਘਿਓ ਛੱਡ ਜਾਵੇ ਉਦੋਂ ਆਟਾ ਭੁੱਜ ਗਿਆ ਸਮਝ ਲਓ। ਹੁਣ ਇਹਨੂੰ ਘੱਟ ਫਲੇਮ 'ਤੇ ਭੁੰਨਣਾ, ਜ਼ਿਆਦਾ ਤੇਜ਼ ਕਰਕੇ ਨਹੀਂ ਭੁੰਨਣਾ, ਕਿਉਂਕਿ ਜਿੰਨਾ ਆਪਾਂ ਘੱਟ ਫਲੇਮ 'ਤੇ ਆਟੇ ਨੂੰ ਭੁੰਨਦੇ ਹਾਂ ਉਨਾ ਟੇਸਟ ਵਧੀਆ ਆਉਂਦਾ। ਹੁਣ ਆਟਾ ਆਪਣਾ ਵਧੀਆ ਦੇਖੋ ਭੁੱਜ ਗਿਆ। ਹੁਣ ਇਹਨੂੰ ਆਪਾਂ ਲਾ ਲਵਾਂਗੇ, ਅਤੇ ਜਦੋਂ ਆਪਾਂ ਇਹਨੂੰ ਲਾ ਕੇ ਰੱਖਣਾ 2 ਮਿੰਟ ਵਾਸਤੇ ਇਹਨੂੰ ਹਿਲਾਉਂਦੇ ਰਹਿਣਾ, ਕਿਉਂਕਿ ਕੜਾਹੀ ਗਰਮ ਆ ਅਤੇ ਨਹੀਂ ਤਾਂ ਫਿਰ ਹੇਠਾਂ ਕੜਾਹੀ ਦੇ ਨਾਲ ਆਟਾ ਕਾਲਾ ਜਿਹਾ ਹੋ ਜਾਏਗਾ ਸੜ ਕੇ। ਇਸ ਕਰਕੇ ਇਹਨੂੰ ਆਪਾਂ ਹਿਲਾਉਂਦੇ ਰਹਿਣਾ 2 ਮਿੰਟ ਵਾਸਤੇ। ਇੱਕ ਪਰਾਤ ਲੈ ਲੈਣੀ ਹੈ, ਇਹਦੇ ਵਿੱਚ ਆਪਾਂ ਬੇਸਣ ਪਾ ਲੈਣਾ ਜਿਹੜਾ ਆਪਾਂ ਛੋਲਿਆਂ ਦਾ ਪੀਸਿਆ ਸੀ। ਇਹ ਵਿੱਚ ਹੀ ਆਪਾਂ ਫੁੱਲ ਮਖਾਣੇ ਪਾ ਲੈਣੇ ਆ ਜਿਹੜੇ ਪੀਸੇ ਸੀ। ਇਹਦੇ ਵਿੱਚ ਹੁਣ ਆਪਾਂ ਜਿਹੜਾ ਆਪਾਂ ਆਟਾ ਭੁੰਨਿਆ ਸੀ ਉਹ ਪਾ ਲੈਣਾ। ਤੁਹਾਨੂੰ ਜੇ ਸਾਡੀ ਰੈਸਪੀ ਬਣਾਈ ਹੋਈ ਵਧੀਆ ਲੱਗਦੀ ਹੁੰਦੀ ਤਾਂ ਕਮੈਂਟ ਜ਼ਰੂਰ ਕਰਿਆ ਕਰੋ। ਇਹਨੂੰ ਚੰਗੀ ਤਰ੍ਹਾਂ ਸਾਰੇ ਆਟੇ ਵਿੱਚ ਪਾ ਲੈਣਾ। ਫਿਰ ਇਹਨੂੰ ਹਿਲਾ ਲੈਣਾ ਐਵੇਂ।
फिर ये आप जो शक्कर वाला पानी बनाया सी वह पा लेना पुन के, पानी नू पुन के ही पाना क्योंकि ये कई बार कक होंगे या फिर ये किक जी होंगी पौनी नाल विच रह जाती है। हाँ जी, इनू चंगी तरह हिला लेना, ये आटा भी चंगी तरह मिक्स हो जाए तो पानी शक्कर वाला पानी जोड़ा वह भी मिक्स हो जाए। ये जिमें जिमें आप हिलावे उमें उमें वधिया मिक्स हो जाएगा। पानी छोलियां का जोड़ा आप बनाया सी बेसन उन्हें सोख लेना, एक गिलास ही पानी पाना, वद नहीं पाना नहीं तो तुहाडा पानी ज़्यादा हो जाएगा फिर मिठा घट जाएगा। असी गिलास एक पाया सी सही रहा तो तुसी भी गिलास एक ही पानी पाना। हाँ जी, अपना हुण बैटर तैयार हो गया लड्डू बटन वास्ते। तुसी चाहो तो ये पीस भी कट सकते तो लड्डू भी बना सकते। हाँ जी, जे तुहाडा बैटर वधिया तैयार होया होगा तो तुसी जदों इनू कट्ठा करोगे तो एवें आटे तरह कट्ठा हो जाएगा, वधिया एवें कट्ठा हो जाएगा। हम आप इहदियां पिन्नियां वटांगे। पहला हत्था ते कि देसी घिओ लैना वो ला लवांगे ते तुसी इहदे विच ड्राई फ्रूट भी जिन्ने मर्जी पा सकते हो, असी गर्मी करके नहीं पाए, जिन्ने मर्जी ड्राई फ्रूट पा सकते आप इहदे विच। आप पिन्नियां वट के एक भांडे विच रख लवांगे। ये पीस भी आप कट सकते हैं वैसे तो। अपन पिन्निया बन के तैयार ये बहुत ही वधिया बनिया। असी ये 400 ग्राम शक्कर पाई सी, तुसी आपदे हिसाब नाल पाउणी है। जे तुसी वध मिठा खाना पसंद करदे तो वध पा सकदे, जे तुसी मिठा घट खाना पसंद करदे तो घट भी पा सकदे, पर 400 ग्राम इन्ने मटीरियल दे हिसाब नाल बहुत ठीक है ते बहुत वधिया बनिया। जे तुहानू साडियां बनाईयां होईयां रैसपियां वधिया लगदियां ते तुसी साडी वीडियो नू वध तो वध शेयर करिया करो, लाइक करिया करो ते सबसक्राइब करना कदे ना भुल्लियो। थैंक यू।